Bismillahirrahmanirrahim. Maşallah. Bismillahirrahmanirrahim. Assalamu alaikum. Dosto, main ummeed karna ki tusi khairiyat na hoge te meri dua hai ki Allah Taala tuhanu sada khush rakhe aur sanu saryan nu apne hifz-o iman ch rakhe. Amin. To alhamdulillah alhamdulillah mashallah ghar diyan sabziyan jehdiyan ne oh chal piyan ne mashallah. To ajj main kher de vichu pot rahi ha gonglu. Aur mashallah ji eh kacche vi bade shauk na khaye jande ne mashallah. ਔਰ ਜਿਹੜੇ ਜ਼ਿਆਦਾ ਛੋਟੇ ਨੇ ਉਹ ਅਸੀਂ ਨਹੀਂ ਪੁੱਟਾਂਗੇ ਜਿਹੜੇ ਕੋਈ ਮੋਟੇ ਹੋਏ ਨੇ ਉਹਨਾਂ ਨੂੰ ਅਸੀਂ ਪੁੱਟ ਲਾਂਗੇ ਮਾਸ਼ਾਅੱਲਾ Bismillahirrahmanirrahim. Maşallah ji. Kuch mooliyan put lange khan vaste maşallah. Bismillah. ماشاءاللہ جی ماشاءاللہ اینی کافی نہ کیونکہ یہ چھوٹیاں نے مزید وڈیاں ہونی ہیں اور اے ہوئی کھان دے قابل ہونی ہیں زیادہ موٹیاں جن پھر پک جائیں گے بسم اللہ الرحمن الرحیم الحمدللہ جی گونگلو مولیاں میں صاف کر چھڑے نے اور ماشاءاللہ دیکھو کنے پیارے لگ رہے نے الحمدللہ جی گونگلو مولیاں میں صاف کر چھڑے نے اچھے طریقے نال
ਔਰ ਇਹ ਕੱਚੇ ਵੀ ਮਾਸ਼ਾਅੱਲਾ ਬੜੇ ਮਜ਼ੇਦਾਰ ਹੁੰਦੇ ਨੇ ਖਾਣ ਦੇ ਹੱਕ ਚ ਬਹੁਤ ਹੀ ਮਜ਼ਾ ਔਰ ਸਾਲਣ ਵੀ ਇਹਨਾਂ ਦਾ ਬਹੁਤ ਹੀ ਜ਼ਬਰਦਸਤ ਬੰਦਾ ਤੋ ਅੱਲਾ ਦਾ ਲੱਖ ਲੱਖ ਸ਼ੁਕਰ ਹੈ ਕਿ ਗਾਉਂ ਚ ਰਹਿੰਦੇ ਆ ਔਰ ਮਾਸ਼ਾਅੱਲਾ ਆਪਣੇ ਖੇਤ ਦੀਆਂ ਫਰੈਸ਼ ਸਬਜ਼ੀਆਂ ਆਪਣੇ ਹੱਥਾਂ ਨਾਲ ਲਾਈਦਾ ਔਰ ਆਪਣੇ ਹੱਥਾਂ ਨਾਲ ਤੋੜ ਕੇ ਮਾਸ਼ਾਅੱਲਾ ਖਾਈਦਾ ਅਲਹਮਦੁਲਿਲਾ ਬਿਸਮਿਲਲਾਹ ਰਹਿਮਾਨ ਰਹੀਮ ਉਹ ਜੀ ਇੱਥੋਂ ਥੋੜ੍ਹੀ ਜਿਹੀ ਪਾਲਕ ਜਿਹੜੀ ਆ ਉਹ ਅਸੀਂ ਕੱਟ ਲਾਂਗੇ ਔਰ ਇਹਨੂੰ ਦਾਤਰੀ ਦੀ ਮਦਦ ਨਾਲ ਕੱਟਾਂਗੇ ਇਹ ਦੁਬਾਰਾ ਫਿਰ ਜਿਹੜੀ ਹੈ ਨਾ ਮੁੰਡੀ ਹੁੰਦੀ ਹੈ ਮਾਸ਼ਾਅੱਲਾ ਬਿਸ ਬਿਸ ਲੋ ਜੀ ਇਹ ਮਸਾਲਾ ਔਰ ਜਾਨਵਰਾਂ ਨੂੰ ਦਾਂਗੇ ਵੱਡੇ ਜਾਨਵਰਾਂ ਨੂੰ ਦੇ ਦਿੱਤੇ ਹੈ ਕੱਲ੍ਹ ਦਾ ਔਰ ਬੱਕਰੀਆਂ ਵਾਸਤੇ ਮੈਂ ਥੋੜ੍ਹੀ ਜਿਹੀ ਵਿੱਚ ਅੱਬੂ ਥੋੜ੍ਹੀ ਜਿਹੀ ਗੰਦਮ ਪਾਈ ਹੈ ਥੋੜ੍ਹਾ ਜਿਹਾ ਮੇਥਰੇ ਔਰ ਬਾਕੀ ਮਸਾਲਾ ਅੱਬੂ ਜਾਨ ਹੋਣਾ ਤਿਆਰ ਕੀਤਾ ਅੱਬੂ ਜੀ ਕੀ ਪਾਇਆ ਇਹਦੇ ਵਿੱਚ ਇਹਦੇ 'ਚ ਬੇਟਾ ਮਾਸ਼ਾਅੱਲਾ ਪਿਆਜ਼ ਸੁੱਕਾ ਲਸਣ ਹਲਦੀ ਨਮਕ ਜਵੈਣ ਜੀ ਜੀ ਅਦਰਕ ਹਰੀ ਮਿਰਚ ਲਾਲ ਮਿਰਚ ਯਾਨੀ ਕਿ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਿਕਸ ਕੀਤੀਆਂ ਗੋੜ ਜੀ 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 ਜਾਨਵਰਾਂ ਨੂੰ ਤਕਰੀਬਨ 15-20 ਦਿਨਾਂ ਤੋਂ ਬਾਅਦ ਜਿਹੜਾ ਨਾ ਲਾਜ਼ਮੀ ਦੇਣਾ ਚਾਹੀਦਾ ਔਰ ਮੈਂ ਵੀ ਦਿੰਦਾ ਇਹਦੇ ਨਾਲ ਇੱਕ ਜਾਨਵਰ ਜਿਹੜਾ ਉਹ ਸੈੱਟ ਰਹਿੰਦਾ ਮਾਸ਼ਾਅੱਲਾ ਬੱਕਰੀਆਂ ਜੀ ਬੜੇ ਸ਼ੌਕ ਨਾਲ ਖਾ ਰਹੀਆਂ ਨੇ ਮਾਸ਼ਾਅੱਲਾ ਕੁਛ ਜਾਨਵਰ ਜਿਹੜੇ ਨਹੀਂ ਖਾਂਦੇ ਉਹਨਾਂ ਨੂੰ ਫਿਰ ਜ਼ਬਰਦਸਤੀ ਦਿੱਤਾ ਜਾਂਦਾ ਲੇਕਿਨ ਕੁਛ ਜਾਨਵਰ ਜਿਹੜੇ ਨੇ ਉਹ ਸ਼ੌਕ ਨਾਲ ਖਾ ਲੈਂਦੇ ਨੇ ਔਰ ਮਾਸ਼ਾਅੱਲਾ ਬੱਕਰੀਆਂ ਬਹੁਤ ਸ਼ੌਕ ਨਾਲ ਖਾ ਰਹੀਆਂ ਨੇ ਅਲਹਮਦੁਲਿਲਾ ਜੀ ਮਸਾਲਾ ਜਾਨਵਰਾਂ ਨੇ ਖਾ ਲਿਆ ਬਿਸਮਿਲਲਾਹ ਰਹਿਮਾਨ ਰਹੀਮ ਇਹਨਾਂ ਦੀ ਪਨੀਰੀ ਲਾਈ ਆ ਔਰ ਮਾਸ਼ਾਅੱਲਾ ਇਹਨਾਂ ਦੇ ਪੂਰੇ ਜਿਹੜੇ ਨੇ ਬੂਟੇ ਬਣ ਗਏ ਫਿਰ ਇਹਨਾਂ ਨੂੰ ਮਿਰਚਾਂ ਪੈਣਗੀਆਂ ਔਰ ਇਹ ਟਮਾਟਰ ਲਾਏ ਨੇ ਟਮਾਟਰਾਂ ਦੀ ਪਨੀਰੀ ਲਾਈ ਹੈ ਹੁਣ ਅਸੀਂ ਲਾਵਾਂਗੇ ਪਿਆਜ਼ ਦੀ ਪਨੀਰੀ ਬਿਸਮਿਲਲਾਹ ਜੀ ਅਲਹਮਦੁਲਿਲਾ ਸਾਡੀ ਪਨੀਰੀ ਲੱਗ ਗਈ ਹੈ ਪਿਆਜ਼ ਦੀ ਔਰ ਇਹਨੂੰ ਅਸੀਂ ਥੋੜ੍ਹਾ ਥੋੜ੍ਹਾ ਪਾਣੀ ਲਾ ਦਾਂਗੇ ਜਿਹਨੂੰ ਅਸੀਂ ਪੰਜਾਬੀ 'ਚ ਚੋਇਆ ਕਹਿੰਦੇ ਹਾਂ ਚੋਇਆ ਦੇ ਦਾਂਗੇ ਤਾਂ ਕਿ ਪਨੀਰੀ ਸਾਡੀ ਜਿਹੜੀ ਆ ਉਹ ਤੁਰ ਪਏ ਅਲਹਮਦੁਲਿਲਾ ਜੀ ਪਨੀਰੀ ਸਾਡੀ ਲੱਗ ਗਈ ਹੈ ਮਾਸ਼ਾਅੱਲਾ ਬਿਸਮਿਲਲਾਹ ਰਹਿਮਾਨ ਰਹੀਮ ਅਲਹਮਦੁਲਿਲਾ ਜੀ ਪਨੀਰੀ ਮਾਸ਼ਾਅੱਲਾ ਸਾਰੀ ਲੱਗ ਗਈ ਹੈ